लुधियाना पुलिस ने गुप्त सूचना के आधार पर एक झपटमारी करने वाले गिरोह के 3 सदस्यों को काबू किया है, जिनके कब्जे से पुलिस को 31 मोबाइल फोन और एक 2-पहिया वाहन बरामद हुआ है। वहीं पुलिस ने करीब 1170 नशीले कैप्सूल समेत 3 आरोपियों को काबू किया है, जो सस्ते दामों पर कैप्सूल लाकर आगे महंगे दामों पर बेचते थे और लंबे समय से इस अवैध कारोबार में लिप्त थे। पकड़े गए आरोपियों पर पहले भी कई आपराधिक मामले दर्ज हैं। ਨਾਮ ਸਿੰਘ ਤੇ ਐਸ ਸਰਿੰਦਰ ਚੋਪੜਾ ਇੰਸਪੈਕਟਰ SHO ਡਿਵੀਜ਼ਨ ਨੰਬਰ 2 ਤੇ ਸਾਡੀ PCR ਦੀ ਟੀਮ PCR 4 ਮੋਟਰਸਾਈਕਲ ਵਾਲੇ, ਇਹਨਾਂ ਨੇ ਇੱਕ ਮਹੇਸ਼ ਨਾਂ ਦਾ ਸਮਗਲਰ ਸੀਗਾ, ਇਹ ਜਿਹੜੀਆਂ ਨਸ਼ੀਲੀਆਂ ਗੋਲੀਆਂ ਕੈਪਸੂਲ ਇਹ ਵੇਚਦੇ ਸੀਗੇ। ਫਿਰ ਇਹਦੇ 'ਤੇ ਪਰਚਾ ਦਿੱਤਾ, 100 ਕੈਪਸੂਲ ਰਿਕਵਰ ਹੋ ਗਿਆ ਸੀ। ਉਸ ਤੋਂ ਬਾਅਦ ਫਿਰ ਇਹਦੇ ਫਾਰਵਰਡ ਲਿੰਕ ਬੈਕਵਰਡ ਲਿੰਕ ਜਦੋਂ ਚੈੱਕ ਕੀਤੇ ਤਾਂ ਉਸ ਤੋਂ ਨੈਕਸਟ ਫਿਰ SHO ਇੰਸਪੈਕਟਰ ਚੋਪੜਾ ਅਤੇ ACP ਸਾਹਿਬ ਦੀ ਟੀਮ ਨੇ 2 ਜਿਹੜੇ ਮੇਨ ਸਮਗਲਰ ਸੀਗੇ ਇਸੇ ਲਾਈਨ ਦੇ, ਜਿਹੜੇ ਨਸ਼ੇ ਅਤੇ ਕੈਪਸੂਲ ਅਤੇ ਗੋਲੀਆਂ ਵੇਚਦੇ ਸੀ ਪਹਿਲਾਂ ਵੀ, ਇਹਨਾਂ 'ਚੋਂ ਇੱਕ ਸੰਦੀਪ ਅਤੇ ਇੱਕ ਸੀਗਾ ਵਿਜੇ। ਜਿਹੜਾ ਸੰਦੀਪ ਹੈ ਉਹਦੇ 'ਤੇ ਪਹਿਲਾਂ ਹੀ STF ਨੇ 10,000 ਕੈਪਸੂਲ ਆਲਰੇਡੀ ਪਰਚਾ ਦਿੱਤਾ ਹੋਇਆ, ਉਹਦੇ 'ਤੇ ਬੇਲ 'ਤੇ ਆਇਆ ਸੀਗਾ। ਲੁਧਿਆਣਾ ਵਿਕਾਸ ਭਾਂਬਰੀ ਦੀ ਰਿਪੋਰਟ, ਸਿਟੀ ਹੋਮ ਨਿਊਜ਼।